हेलो दोस्तों, दिस इज सौरभ जैन, वेलकम टू आवर यूट्यूब चैनल। दोस्तों आज PSPCL 2019 का एक लेटेस्ट नोटिफिकेशन तो डेगे लैके आ रहे हैं। तुसी साडे चैनल नू रेगुलर देख रहे हो दोस्तों, ये वीडियो नू चंगी तरह देखियो। इहदे विच आपां तुहाडे डाउट्स क्लीयर करन जा रहे हैं कि जोन वाइज इस बार लिस्ट आई है, पिछली बार जोन वाइज लिस्ट नहीं आई सी। जो पहला PSPCL होया सी उदों पटियाला दे विच ही सारयां नू बुलाया गया सी, लेकिन इस बार जोन वाइज लिस्ट आई है। मैं जोन वाइज लिस्ट की गल करूँगा, ਕਿਹੜੇ ਕਿਹੜੇ ਡਾਕੂਮੈਂਟਸ ਦੀ ਰਿਕੁਆਇਰਮੈਂਟ ਆ ਉਹਦੀ ਵੀ ਗੱਲ ਕਰੂੰਗਾ, ਹੋਰ ਜਿਹੜੇ ਵੀ ਤੁਹਾਡੇ ਡਾਊਟਸ ਸਾਡੇ ਪਿਛਲੇ ਕਮੈਂਟਸ 'ਚ ਆਏ ਆ ਉਹਨਾਂ ਸਾਰਿਆਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ। ਦੋਸਤੋ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰ ਦਿਓ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ, ਅਤੇ ਮੈਕਸੀਮਮ ਸ਼ੇਅਰ ਕਰੋ, ਕਿਉਂਕਿ ਅਸੀਂ ਫੁੱਲ ਐਫਰਟਸ ਲਗਾ ਰਹੇ ਹਾਂ ਕਿ ਤੁਹਾਡੇ ਹਰ ਇੱਕ ਡਾਊਟਸ ਨੂੰ ਕਲੀਅਰ ਕਰ ਸਕੀਏ। ਦੋਸਤੋ ਸਿਰਫ ਅਤੇ ਸਿਰਫ ਮੈਂ ਜੋ ਡਾਕੂਮੈਂਟਸ ਤੁਹਾਨੂੰ ਰਿਕੁਆਇਰਡ ਆ, ਜੋ ਵੀ ਆਫਿਸ਼ੀਅਲ ਨੋਟੀਫਿਕੇਸ਼ਨ ਆ ਉਸ ਦੇ ਬੇਸ 'ਤੇ ਗੱਲ ਕਰੂੰਗਾ, ਮੈਂ ਕੋਈ ਵੀ ਫੇਕ ਗੱਲ ਇਹਦੇ ਵਿੱਚ ਨਹੀਂ ਕਰਾਂਗਾ। ਹੁਣ ਦੋਸਤੋ ਦੇਖ ਲਓ, ਪਹਿਲਾਂ ਆਪਾਂ ਗੱਲ ਕਰਦੇ ਹਾਂ ਜੋਨ ਵਾਈਜ਼। ਉਹ PSPCL ਦੀ ਵੈਬਸਾਈਟ 'ਤੇ ਪਤਾ, ਤੁਸੀਂ ਪੂਰੀ ਡਿਟੇਲ ਉਹਦੇ ਵਿੱਚ ਜਾ ਕੇ ਦੇਖ ਸਕਦੇ ਹੋ। ਇਸ ਵਾਰ ਅਲੱਗ ਅਲੱਗ ਜੋਨ ਦੇ ਵਿੱਚ ਡਿਵਾਈਡ ਕੀਤਾ ਗਿਆ, ਬਾਰਡਰ ਜੋਨ, ਨੌਰਥ ਜੋਨ, ਸਾਊਥ ਜੋਨ ਅਤੇ ਵੈਸਟ ਜੋਨ। ਇਹ ਦੋਸਤੋ ਇਹ ਜੋਨ ਬਣਾਏ ਗਏ ਆ। ਬਾਰਡਰ ਜੋਨ ਦੇ ਵਿੱਚ ਸਾਰੇ ਸਟੂਡੈਂਟਸ ਨੂੰ ਅੰਮ੍ਰਿਤਸਰ ਦੇ ਵਿੱਚ ਬੁਲਾਇਆ ਗਿਆ ਹੈ, ਅਤੇ ਨੌਰਥ ਜੋਨ ਦੇ ਵਿੱਚ ਸਾਰੇ ਸਟੂਡੈਂਟਸ ਨੂੰ ਜਲੰਧਰ ਦੇ ਵਿੱਚ ਬੁਲਾਇਆ ਗਿਆ। ਸਾਊਥ ਜੋਨ ਦੀਆਂ ਦੋ ਕਮੇਟੀਆਂ ਬਣਾਈਆਂ ਗਈਆਂ, ਇੱਕ ਵਨ ਅਤੇ ਇੱਕ ਸੈਕਿੰਡ ਕਮੇਟੀ ਜਿਹੜੀ ਪਟਿਆਲਾ ਦੇ ਵਿੱਚ ਹੀ ਹੋਏਗੀ, ਅਤੇ ਵੈਸਟ ਜੋਨ ਦੇ ਵਿੱਚ ਫਸਟ ਅਤੇ ਸੈਕਿੰਡ ਉਹਨਾਂ ਨੂੰ ਬਠਿੰਡਾ ਦੇ ਵਿੱਚ ਬੁਲਾਇਆ ਗਿਆ ਹੈ। ਦੋਸਤੋ ਅਲੱਗ ਅਲੱਗ ਜੋਨ ਦੇ ਵਿੱਚ ਅਲੱਗ ਅਲੱਗ ਸਟੂਡੈਂਟਸ ਦੀ ਜਿਹੜੀ ਡਾਕੂਮੈਂਟੇਸ਼ਨ ਵੈਰੀਫਿਕੇਸ਼ਨ ਉਹ ਸਟਾਰਟ ਹੋਣ ਜਾ ਰਹੀ ਹੈ। ਇਹ ਅਲੱਗ ਅਲੱਗ ਡੇਟਸ 'ਤੇ ਹੋਏਗੀ। 21 ਤਰੀਕ ਤੋਂ ਤੁਹਾਡੀ ਡਾਕੂਮੈਂਟੇਸ਼ਨ ਵੈਰੀਫਿਕੇਸ਼ਨ ਸਟਾਰਟ ਹੋ ਰਹੀ ਹੈ। 21 ਤੋਂ ਲੈ ਕੇ 25 ਤਰੀਕ ਤੱਕ ਇਹ ਡਾਕੂਮੈਂਟੇਸ਼ਨ ਵੈਰੀਫਿਕੇਸ਼ਨ ਅਲੱਗ ਅਲੱਗ ਜੋਨ ਵਾਈਜ਼ ਚੱਲੇਗੀ। ਤੁਸੀਂ ਪੂਰੀ ਡਿਟੇਲ PSPCL ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਅਲੱਗ ਅਲੱਗ ਡਾਕੂਮੈਂਟਸ ਨੂੰ ਮੈਂ ਅਲੱਗ ਅਲੱਗ ਡਿਟੇਲ ਦੇ ਵਿੱਚ ਜਸਟੀਫਾਈ ਕਰ ਰਿਹਾ ਤੁਹਾਡੇ ਨਾਲ, ਤਾਂ ਵੀਡੀਓ ਨੂੰ ਪੂਰੀ ਚੰਗੀ ਤਰ੍ਹਾਂ ਦੇਖਦੇ ਰਹੀਓ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਨਹੀਂ ਕੀਤਾ ਤਾਂ ਬੈੱਲ ਆਈਕਨ ਬਟਨ ਨੂੰ ਵੀ ਪ੍ਰੈਸ ਕਰ ਲਓ, ਕਿਉਂਕਿ ਹੋਰ ਵੀ ਅਸੀਂ ਅਪਡੇਟਡ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਦੋਸਤੋ ਇਹਦੇ ਵਿੱਚ ਅਲੱਗ ਅਲੱਗ ਸਟੂਡੈਂਟਸ ਨੂੰ ਜੋ ਉਹਨਾਂ ਨੇ ਜੋ ਮੈਂਸ਼ਨ ਕੀਤਾ, ਉਹਨਾਂ ਨੇ ਤਾਂ ਇਹ ਲਿਖਿਆ ਹੋਇਆ ਕਿ ਇਹਦੇ ਵਿੱਚ ਸਟੂਡੈਂਟਸ ਰਿਪੋਰਟ ਕਰਨਗੇ 9:30 'ਤੇ। ਤੁਸੀਂ ਆਪਣੀ ਡੇਟ ਦੇ ਅਕੋਰਡਿੰਗ ਹੀ ਤੁਸੀਂ ਉਹਦੇ ਵਿੱਚ ਜਾਣਾ। ਇੱਕ ਬਹੁਤ ਹੀ ਵੱਡੀ ਤੁਹਾਡੇ ਅੱਗੇ ਮੈਂ ਇੱਕ ਕਲੈਰੀਫਿਕੇਸ਼ਨ ਦੇ ਦਾਂ ਕਿ ਜਿਹੜੀ ਇਹਨਾਂ ਨੇ ਮੈਰਿਟ ਬਣਾਈ ਹੈ ਦੋਸਤੋ, ਉਹ ਮੈਰਿਟ ਇਹਨਾਂ ਨੇ ਕੈਟੇਗਰੀ ਵਾਈਜ਼ ਬਣਾਈ ਆ। ਮੀਨਸ ਜੋ EWS ਦਾ ਸਟੂਡੈਂਟ ਆ ਉਹਨੂੰ ਜਰਨਲ ਦੇ ਵਿੱਚ ਕਾਊਂਟ ਨਹੀਂ ਕੀਤਾ ਗਿਆ, ਮੀਨਸ ਰਿਜ਼ਰਵ ਕੈਟੇਗਰੀ ਨੂੰ ਜਰਨਲ ਦੇ ਵਿੱਚ ਕਾਊਂਟ ਨਹੀਂ ਕੀਤਾ ਗਿਆ। ਜਰਨਲ ਦੀ ਲਿਸਟ ਅਲੱਗ ਆਈ ਹੈ ਅਤੇ ਹਰ ਕੈਟੇਗਰੀ ਦੀ ਲਿਸਟ ਅਲੱਗ ਇਹਨਾਂ ਨੇ ਇਸ ਵਾਰ ਡਿਸਪਲੇ ਕੀਤੀ ਹੋਈ ਹੈ। ਹੁਣ ਦੋਸਤੋ ਗੱਲ ਕਰਦੇ ਹਾਂ ਡਾਕੂਮੈਂਟਸ ਦੀ। ਡਾਕੂਮੈਂਟਸ ਦੋਸਤੋ LDC, JEE ਅਤੇ RA, ਇਹਨਾਂ ਤਿੰਨਾਂ ਦੇ ਲਈ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਨੇ ਅਤੇ ਉਹ ਤੁਸੀਂ ਪਹਿਲਾਂ ਧਿਆਨ ਰੱਖ ਲਓ, ਫਿਰ ਆਪਾਂ ਗੱਲ ਕਰਾਂਗੇ ਕੈਟੇਗਰੀ ਵਾਈਜ਼ ਵੀ। ਪਹਿਲਾਂ ਦੋਸਤੋ ਆਪਣੇ ਕੋਲ 10th ਸਰਟੀਫਿਕੇਟ ਤੁਹਾਡੇ ਲਈ ਇਹ ਇੰਪੋਰਟੈਂਟ ਬਣ ਜਾਂਦਾ, ਕਿਉਂਕਿ ਉਹਦੇ ਵਿੱਚ ਡੇਟ ਆਫ ਬਰਥ ਮੈਂਸ਼ਨ ਹੋਏਗੀ ਅਤੇ ਪੰਜਾਬੀ ਪਾਸ ਹੋਣੀ ਜ਼ਰੂਰੀ ਹੈ। ਦੋਸਤੋ ਤੁਹਾਡਾ ਕੋਈ ਵੀ ਡਾਕੂਮੈਂਟਸ ਉੱਥੇ ਨਹੀਂ ਪੇਸ਼ ਹੁੰਦਾ ਤਾਂ ਤੁਹਾਡੀ ਜਿਹੜੀ ਐਗਜੈਕਟਲੀ ਜੇ ਤੁਸੀਂ ਉਸ ਨੂੰ ਕਲੀਅਰ ਕਰਨ ਜਾ ਰਹੇ ਹੋ ਤਾਂ ਇਟ ਮੀਨਸ ਉਹ ਕੈਂਸਲ ਕਰ ਦਿੱਤੀ ਜਾਏਗੀ। ਤਾਂ ਆਪਣੇ ਧਿਆਨ ਨਾਲ ਡਾਕੂਮੈਂਟਸ ਪੂਰੇ ਕਰਕੇ ਰੱਖੋ, 10th ਸਰਟੀਫਿਕੇਟ, ਡੇਟ ਆਫ ਬਰਥ ਮੈਂਸ਼ਨ ਹੋਵੇ ਅਤੇ ਪੰਜਾਬੀ ਪਾਸ ਹੋਣੀ ਚਾਹੀਦੀ ਹੈ। ਨੈਕਸਟ ਦੋਸਤੋ ਜੋ ਵੀ ਇਲੀਜੀਬਿਲਿਟੀ ਹੈ ਕਿਸੇ ਵੀ ਪੋਸਟ ਦੇ ਲਈ, ਉਹਦੀ DMC ਅਤੇ ਡਿਗਰੀ। ਦੋਸਤੋ ਹਰ ਇੱਕ ਓਰੀਜਨਲ ਸਰਟੀਫਿਕੇਟ ਤੁਸੀਂ ਲੈ ਕੇ ਜਾਣਾ ਨਾਲ ਨਾਲ, ਅਤੇ ਨਾਲ ਨਾਲ ਉਹਦੀਆਂ ਫੋਟੋ ਕਾਪੀਜ਼ 2 ਜਾਂ 3 ਕਾਪੀਜ਼ ਉਹਦੀਆਂ ਲੈ ਕੇ ਜਾਇਓ ਨਾਲ। ਤਾਂ ਦੋਸਤੋ 10th ਸਰਟੀਫਿਕੇਟ, ਓਰੀਜਨਲ ਸਰਟੀਫਿਕੇਟ ਲੈ ਕੇ ਜਾਣੇ ਜ਼ਰੂਰੀ ਹੈ, ਅਤੇ ਨਾਲ ਨਾਲ ਉਹਦੀਆਂ ਫੋਟੋ ਕਾਪੀਜ਼ ਵੀ ਲੈ ਕੇ ਜ਼ਰੂਰ ਜਾਇਓ। DMC, ਡਿਗਰੀ ਅਕੋਰਡਿੰਗ ਟੂ ਇਲੀਜੀਬਿਲਿਟੀ ਆਫ ਦਾ ਪੋਸਟ, ਠੀਕ ਹੈ ਦੋਸਤੋ। ਉਸ ਤੋਂ ਬਾਅਦ ਦੋਸਤੋ ਓ ਲੈਵਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਜਾਂ 120 ਘੰਟਿਆਂ ਦਾ ਕੰਪਿਊਟਰ ਸਰਟੀਫਿਕੇਟ ਹੋਣਾ ਚਾਹੀਦਾ। ਇਹ ਸਿਰਫ ਅਤੇ ਸਿਰਫ LD ਦੀ ਪੋਸਟ ਦੇ ਲਈ ਹੀ ਹੈ, ਇਹ ਗੱਲ ਯਾਦ ਰੱਖਿਓ। ਇਹ LD ਦੀ ਪੋਸਟ ਦੇ ਲਈ ਹੋਏਗਾ, ਓ ਲੈਵਲ ਦਾ ਸਰਟੀਫਿਕੇਟ ਅਤੇ 120 ਘੰਟਿਆਂ ਦਾ ਕੰਪਿਊਟਰ ਦਾ ਸਰਟੀਫਿਕੇਟ ਹੋਵੇ। ਨੈਕਸਟ ਦੋਸਤੋ ਰਿਜ਼ਰਵ ਕੈਟੇਗਰੀ ਸਰਟੀਫਿਕੇਟ, ਜੇ ਤੁਹਾਡੀ ਕੋਈ ਵੀ ਕੈਟੇਗਰੀ ਹੈ ਰਿਜ਼ਰਵ, ਇਹ ਸਿਰਫ ਰਿਜ਼ਰਵ ਕੈਟੇਗਰੀ ਵਾਸਤੇ ਹੈ। ਜੇ ਤੁਹਾਡੀ ਕੈਟੇਗਰੀ ਰਿਜ਼ਰਵ ਹੈ SC, ST ਜਾਂ ਕੋਈ ਵੀ EWS, ਕਿਸੇ ਵੀ ਤੁਸੀਂ ਰਿਜ਼ਰਵ ਕੈਟੇਗਰੀ ਦੇ ਵਿੱਚ ਅਪਲਾਈ ਕੀਤਾ, ਤਾਂ ਤੁਹਾਨੂੰ ਉਹ ਉਸ ਕੈਟੇਗਰੀ ਦਾ ਸਰਟੀਫਿਕੇਟ ਅਕੋਰਡਿੰਗ ਟੂ ਜੇ ਇਹਨਾਂ ਦੀ ਕ੍ਰਾਈਟੇਰੀਆ ਸੀ ਉਹਦੇ ਅਕੋਰਡਿੰਗ ਉਹ ਸਰਟੀਫਿਕੇਟ ਤੁਹਾਡਾ ਹੋਣਾ ਜ਼ਰੂਰੀ ਹੈ। ਦੋਸਤੋ ਨੈਕਸਟ ਆ ID proof, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਕੋਈ ਵੀ ਪਾਸਪੋਰਟ ਜਾਂ ਇਸ ਤਰ੍ਹਾਂ ਦਾ ਜਿਹੜਾ ਵੈਲਿਡ ਹੈ ID proof ਤੁਸੀਂ ਲੈ ਕੇ ਜਾਇਓ, ਤਾਂ ID proof 1 ਜਾਂ 2 ID proof ਤੁਸੀਂ ਜ਼ਰੂਰ ਆਪਣੇ ਲੈ ਕੇ ਜਾਇਓ, ਅਤੇ ਉਹਦੀ ਫੋਟੋਕਾਪੀਜ਼ ਵੀ ਜ਼ਰੂਰ ਲੈ ਕੇ ਜਾਇਓ। ਦੋਸਤੋ ਨੈਕਸਟ ਆ ਫੋਟੋਗ੍ਰਾਫਸ, ਨਾ ਭੁੱਲਿਓ ਆਪਣੀਆਂ 4 ਜਾਂ 5 ਫੋਟੋਗ੍ਰਾਫਸ ਤੁਸੀਂ 1 ਜਾਂ 2 ਫੋਟੋਗ੍ਰਾਫਸ ਐਕਸਟਰਾ ਹੀ ਲੈ ਕੇ ਜਾਇਓ, 5-6 ਫੋਟੋਗ੍ਰਾਫਸ ਆਪਣੀਆਂ ਜ਼ਰੂਰ ਪਾਸਪੋਰਟ ਸਾਈਜ਼ ਨਾਲ ਜ਼ਰੂਰ ਲੈ ਕੇ ਜਾਇਓ, ਜਿਹੜੀਆਂ ਲੇਟੈਸਟ ਹੋਣ। ਦੋਸਤੋ ਇਹ ਕੁਝ ਡਾਕੂਮੈਂਟਸ ਸੀ, ਹੁਣ ਆਪਾਂ ਗੱਲ ਕਰਦੇ ਹਾਂ ਕੈਟੇਗਰੀ ਵਾਈਜ਼ ਡਾਕੂਮੈਂਟਸ ਦੀ। ਦੋਸਤੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਵਰਧਮਾਨ ਕਰੀਅਰ ਪਲੇਸ ਨੇ ਆਪਣੀ ਐਪ ਵੀ ਲਾਂਚ ਕੀਤੀ ਹੋਈ ਹੈ। ਵਰਧਮਾਨ ਕਰੀਅਰ ਪਲੇਸ ਦੇ ਨਾਮ 'ਤੇ ਪਲੇ ਸਟੋਰ 'ਤੇ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ, ਅਤੇ ਉਹਦੇ ਵਿੱਚ ਤੁਸੀਂ NTA, UGC ਨੈੱਟ, PTET, CTET ਕਿਸੇ ਵੀ ਤਰ੍ਹਾਂ ਦੇ ਕੰਪੀਟੀਟਿਵ ਐਗਜ਼ਾਮ ਦੀ GS ਦੇ ਨੋਟਸ 5 ਜਾਂ 10 ਰੁਪਏ ਦੇ ਬੇਸ 'ਤੇ ਤੁਸੀਂ E-notes ਡਾਊਨਲੋਡ ਕਰ ਸਕਦੇ ਹੋ। ਨੈਕਸਟ ਗੋਲ ਤੋਂ ਆਪਾਂ ਕੈਟੇਗਰੀ ਵਾਈਜ਼ ਦੀ ਗੱਲ ਕਰਦੇ ਹਾਂ। ਸਪੋਰਟਸ ਕੈਟੇਗਰੀ ਦੇ ਜਿਹੜੇ ਸਟੂਡੈਂਟਸ ਨੇ ਦੋਸਤੋ, ਉਹਨਾਂ ਨੂੰ ਸਪੋਰਟਸ ਗ੍ਰੈਜੂਏਸ਼ਨ ਸਰਟੀਫਿਕੇਟ ਰਿਕੁਆਇਰਡ ਆ, ਜੋ ਕਿ ਸਪੋਰਟਸ ਜਿਹੜਾ ਸਰਟੀਫਿਕੇਟ ਆ ਉਹ ਪੰਜਾਬ
ਡਾਇਰੈਕਟਰ ਸਪੋਰਟਸ ਆਫ ਪੰਜਾਬ ਦੇ ਜੋ ਉਹਨਾਂ ਨੂੰ ਇਸ਼ੂ ਕੀਤਾ ਹੋਇਆ ਉਹ ਸਰਟੀਫਿਕੇਟ ਉਹਨਾਂ ਨੇ ਓਰੀਜਨਲ ਫੋਰਮ ਦੇ ਵਿੱਚ ਲੈ ਕੇ ਆਉਣਾ ਹੈ। ਦੋਸਤੋ ਹੈਂਡੀਕੈਪ ਜੋ ਸਟੂਡੈਂਟਸ ਨੇ ਉਹ ਧਿਆਨ ਦੇਣ, ਹੈਂਡੀਕੈਪ ਸਟੂਡੈਂਟਸ ਦੇ ਵਿੱਚ ਮਿਨੀਮਮ 40% ਹੈਂਡੀਕੈਪ ਤੁਹਾਡੀ ਵਿਜ਼ਿਟ ਹੋਣੀ ਚਾਹੀਦੀ ਹੈ। 40% ਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਕਿ ਹੈਂਡੀਕੈਪ ਦੇ ਵਿੱਚ 40% ਦੀ ਹੋਵੇ, ਅਤੇ ਪਲੱਸ ਇੱਕ ਇਹੋ ਜਿਹੀ ਫੋਟੋ ਲੈ ਕੇ ਜਾਣੀ ਆ ਤੁਸੀਂ ਜਿਹਦੇ ਵਿੱਚ ਤੁਹਾਡੀ ਜਿਹੜੀ ਹੈਂਡੀਕੈਪ ਜਿਹੜੀ ਤੁਹਾਡੀ ਹੈ ਜਿੱਥੇ ਪ੍ਰੋਬਲਮ ਹੈ ਉਹ ਚੀਜ਼ ਪ੍ਰੋਪਰ ਵਿਜ਼ੀਬਲ ਹੋਵੇ। ਦੋਸਤੋ ਇਹ ਫੋਟੋਗ੍ਰਾਫ ਆਮ ਫੋਟੋਗ੍ਰਾਫ ਨਹੀਂ ਹੋਏਗੀ। ਸਪੋਜ਼ ਕਰੋ ਕਿਸੇ ਦੇ ਪੈਰ 'ਚ ਪ੍ਰੋਬਲਮ ਆ ਤਾਂ ਉਹਦੀ ਪੈਰ ਦੀ ਪ੍ਰੋਪਰ ਫੋਟੋ ਹੋਣੀ ਚਾਹੀਦੀ ਹੈ ਕਿ ਜਿੱਥੇ ਉਹ ਵਿਜ਼ੀਬਲ ਹੋਵੇ ਉਹ ਚੀਜ਼, ਠੀਕ ਹੈ। ਨੈਕਸਟ ਦੋਸਤੋ ਆਪਣੇ ਕੋਲ ਆਇਆ ਡੋਮੀਸਾਈਲ। ਡੋਮੀਸਾਈਲ ਦੋਸਤੋ ਰਿਜ਼ਰਵ ਕੈਟੇਗਰੀ ਦੇ ਲਈ ਜ਼ਰੂਰੀ ਹੈ, ਅਤੇ ਡੋਮੀਸਾਈਲ ਦੀ ਜਿਹੜੀ ਡੇਟ ਆ ਡੋਮੀਸਾਈਲ ਦੇ ਉੱਪਰ ਜੋ ਡੇਟ ਮੈਨਸ਼ਨ ਹੋਵੇ ਦੋਸਤੋ ਉਹ 1-1-2019 ਤੋਂ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ। ਇਹ ਗੱਲ ਦਾ ਖਾਸ ਧਿਆਨ ਰੱਖਿਓ, ਅਤੇ 1-1-2019 ਤੋਂ ਬਾਅਦ ਦਾ ਡੋਮੀਸਾਈਲ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ, ਇਹ ਰਿਜ਼ਰਵ ਕੈਟੇਗਰੀ ਦੇ ਲਈ ਜ਼ਰੂਰੀ ਹੈ। ਨੈਕਸਟ ਦੋਸਤੋ ਗੱਲ ਕਰਦੇ ਹਾਂ ਆਪਾਂ EWS ਸਰਟੀਫਿਕੇਟ ਦੇ ਲਈ। EWS ਦੇ ਵਿੱਚ ਵੀ ਆਪਾਂ ਨੂੰ ਪਤਾ ਕਿ ਇਹ ਰਿਜ਼ਰਵ ਕੈਟੇਗਰੀ ਦੇ ਵਿੱਚ ਆਉਂਦਾ, ਤਾਂ ਓਬਵੀਅਸਲੀ ਇਹਦੇ ਵਿੱਚ ਵੀ ਡੋਮੀਸਾਈਲ ਹੋਣਾ ਜ਼ਰੂਰੀ ਹੈ, ID ਪਰੂਫ ਹੋਣਾ ਚਾਹੀਦਾ ਅਤੇ ਫੋਟੋਗ੍ਰਾਫ ਹੋਣੀ ਚਾਹੀਦੀ ਹੈ। ਜਿਹੜਾ ਤੁਹਾਡਾ EWS ਦਾ ਸਰਟੀਫਿਕੇਟ ਆ ਉਹਦੇ ਉੱਪਰ ਡੇਟ ਜ਼ਰੂਰ ਮੈਨਸ਼ਨ ਹੋਣੀ ਜ਼ਰੂਰੀ ਹੈ। ਤਾਂ ਦੋਸਤੋ ਇਹ ਸੀ ਕੁਛ ਆਪਣੇ ਮੇਨ ਪੁਆਇੰਟਸ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਜ਼ਰੂਰੀ ਕਮੈਂਟ ਕਰਕੇ ਸਾਨੂੰ ਦੱਸਿਓ ਕਿੱਦਾਂ ਦੀ ਵੀਡੀਓ ਲੱਗੀ, ਅਤੇ ਹੋਰ ਜਿਹੜੇ ਤੁਹਾਡੇ ਡਾਊਟਸ ਰਹਿ ਗਏ ਉਹ ਡਾਊਟਸ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ, ਅਤੇ ਬਾਕੀ ਅਸੀਂ ਵੀਡੀਓ ਤੁਹਾਡੇ ਲਈ ਬਣਾਉਂਦੇ ਰਹਾਂਗੇ। ਅੱਗੇ ਪਟਵਾਰੀ ਦਾ ਐਗਜ਼ਾਮ ਵੀ ਆਏਗਾ, ਉਹ ਐਗਜ਼ਾਮ ਵੀ ਤੁਹਾਡੇ ਅੱਗੇ ਅਸੀਂ ਪੂਰਾ ਅਨਾਲਿਸਿਸ ਲੈ ਕੇ ਆਵਾਂਗੇ ਕੀ ਹੋਰ ਡਾਕੂਮੈਂਟੇਸ਼ਨ ਚਾਹੀਦੀ ਹੈ, ਪੰਜਾਬ ਸਰਕਾਰ ਹੋਰ ਕਿਹੜੇ ਐਗਜ਼ਾਮ ਦੇ ਨੋਟੀਫਿਕੇਸ਼ਨ ਦੇ ਰਹੀ ਆ, ਉਹ ਸਾਰੇ ਦੇਖਣ ਲਈ ਤੁਸੀਂ ਵਰਧਮਾਨ ਕਰੀਏ ਪਲੇਸ ਦੇ ਚੈਨਲ ਨੂੰ ਦੇਖਦੇ ਰਹੋ। ਥੈਂਕ ਯੂ ਵੈਰੀ ਮੱਚ, ਐਂਡ ਸ਼ੇਅਰ ਜ਼ਰੂਰ ਕਰੋ, ਐਂਡ ਹੈਵ ਅ ਨਾਈਸ ਡੇ। ਥੈਂਕ ਯੂ।